बंदन सिमरो अंगद दोख निकंदन अमरदास गुर हृदय त्यावो हृदय त्यावो। श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला तरों तरा पर पुन पुन सीसा पुन पुन सीसा बंदो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह बिघ्न विनाशन सोए तन तन सच्चे पातशाह गरीब नवाज कृपा निदान दासां गरीबां उत्ते कृपा करन वाले दया करन वाले रहमतां करन वाले बख्शिशां करन वाले हाजरा हजूर गुरु जहरा जहूर गुरु सर्ब कला समर्थ गुरु परतख गुरु सच्चे पातशाह दासां गरीबां सिखां सेवकां दी इज्जत पत रखन वाले सदा ही दयालु सदा ही कृपालु मेहरबान सच्चे पातशाह धन धन अंतरजामी सतगुरु गरीब नवाज धन धन श्री गुरु ग्रंथ साहिब जी महाराज बड़े ही प्यार नाल सारी संगत दोवें हाथ जोड़ के गज के कहो जी धन धन श्री गुरु ग्रंथ साहिब जी महाराज होर प्रेम नाल गज के कहो जी धन धन श्री गुरु ग्रंथ साहिब जी महाराज सतगुरु सच्चे पातशाह जी दी पावन पवित्र हाजरी विखे सुभाईमान संगत जी आप जी बड़े प्यार दे नाल हजूर गरीब नवाज सच्चे पातशाह जी दी गुरबाणी जी दा रस भिन्ना कीर्तन गुरु सवारियां पासों सरवण कर रहे सीगे हजूर सच्चे पातशाह गुरु गोबिंद सिंह साहिब जी दी लड़ीवार कथा आप सब संगतां बड़े प्यार दे नाल सत्कार दे नाल हर रोज़ सरवण करदे हो धन गुरु गोबिंद सिंह साहब सच्चे पातशाह जी श्री आनंदपुर साहब सुभाईमान ने कवि महाराज गरीब नवाज सच्चे पातशाह जी की उस्तत लिख रहे हैं वो कवि जो जो महाराज की हाजरी वेखते हैं वो लिख रहे हैं जी
ਉਹ ਕਵੀਆਂ ਦੇ ਬਾਰੇ ਸੁਣਿਆ। ਕਵੀ ਲਿਖਦਾ ਹੈ, ਇੱਕ ਬੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਇਕੱਲੇ ਨੇ, ਦੂਸਰੇ ਬੰਨੇ, ਇਹ ਮੈਂ ਸਰੀਰਕ ਤੌਰ 'ਤੇ ਇਕੱਲੇ ਕਹਿ ਰਿਹਾ, ਫੌਜਾਂ ਕਰਕੇ ਕੋਈ ਰਾਜਾ ਸਹਾਇਤਾ ਬਸ ਨਹੀਂ ਹੈ, ਪਰ ਦੂਜੇ ਬੰਨੇ 22 ਧਾਰ ਦੇ ਰਾਜੇ ਨੇ, ਉੱਤੋਂ ਤੁਰਕ ਸਹਾਇਤਾ ਕਰਨ ਦੇ ਹੈ, ਅਤੇ ਸਾਰੇ ਦਿਨ ਰਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿੰਦਾ ਵੀ ਕਰੀ ਜਾਂਦੇ ਹੈ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਤੇ ਚੜ੍ਹ ਕੇ ਵੀ ਆਈ ਜਾਂਦੇ ਹੈ। ਪਰ ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਅੱਜ ਉਹਨਾਂ ਨੂੰ ਕੋਈ ਨਹੀਂ ਜਾਣਦਾ। ਮਹਾਰਾਜ, ਸੰਸਾਰ ਵਿੱਚ ਤੁਹਾਡਾ ਹੀ ਜਸ ਹੋ ਰਿਹਾ, ਸੱਚੇ ਪਾਤਸ਼ਾਹ ਸੰਸਾਰ ਵਿੱਚ ਤੁਹਾਡੀਆਂ ਸਿਫਤਾਂ ਹੋ ਰਹੀਆਂ ਨੇ। ਸਾਧ ਸੰਗਤ ਜੀ, ਦਾਸ ਬੇਨਤੀ ਕਰੇ, ਜਿਹੜੀ ਬਦਬੂ ਹੈ ਨਾ, ਬਦਬੂ, ਉਹ ਕਿਸੇ ਨੂੰ ਚੰਗੀ ਨਹੀਂ ਲੱਗਦੀ ਜੀ। ਕੋਈ ਮਹਾਂਮੂਰਖ ਬੰਦਾ ਹੋਏਗਾ ਇਸ ਦੁਨੀਆਂ ਵਿੱਚ ਜਿਹਨੂੰ ਬਦਬੂ ਚੰਗੀ ਲੱਗਦੀ ਹੋਏ ਜੀ। ਖੁਸ਼ਬੂ ਵਾਲਾ ਵਾਤਾਵਰਣ, ਉਹ ਤਾਂ ਸਭ ਨੂੰ ਚੰਗਾ ਲੱਗਦਾ ਹੈ। ਜਿੱਥੇ ਬਦਬੂ ਆਉਂਦੀ ਹੋਵੇ, ਉਹ ਨਹੀਂ ਵਧੀਆ ਲੱਗਦੀ ਜੀ ਕਿਸੇ ਨੂੰ। ਪਹਾੜੀ ਜਿਹੜੇ ਰਾਜੇ ਨੇ, ਉਹ ਮੇਰੇ ਸਤਿਗੁਰੂ ਜੀ ਨਾਲ ਕੀ ਕਰਦੇ ਹੈ? ਈਰਖਾ। ਅਤੇ ਈਰਖਾ ਵਾਲਾ ਜਿਹੜਾ ਬੰਦਾ ਹੈ ਸਾਧ ਸੰਗਤ ਜੀ, ਉਹਦਾ ਹਿਰਦਾ ਦਿਨ ਰਾਤ ਸੜਦਾ ਹੈ। ਈਰਖਾ ਵਾਲਾ ਬੰਦਾ ਜਿਹੜਾ ਹੈ, ਉਹ ਦਿਨ ਰਾਤ ਸੜਦਾ ਰਹਿੰਦਾ ਹੈ। ਅਤੇ ਤੁਹਾਨੂੰ ਪਤਾ ਹੋਏਗਾ, ਸਿਆਣੇ ਬੈਠੇ ਹੋ, ਜਦੋਂ ਕੋਈ ਸੜਦਾ ਹੋਵੇ ਨਾ, ਕੁਛ ਮਾੜੀ ਚੀਜ਼ ਸੜਦੀ ਹੋਵੇ, ਉਹਦੇ ਵਿੱਚੋਂ ਧੂੰਆਂ ਵੀ ਬਾਹਰ ਆਉਂਦਾ ਅਤੇ ਉਹਦੇ 'ਚੋਂ ਬਦਬੂ ਵੀ ਆਉਂਦੀ ਹੈ। ਚੰਗੀ ਚੀਜ਼ ਜਦੋਂ ਨਿਕਲਦੀ ਹੈ, ਸੜਦੀ ਹੈ, ਉਹਦੀ ਖੁਸ਼ਬੂ ਆਉਂਦੀ ਹੈ। ਈਰਖਾਲੂ ਦਾ ਹਿਰਦਾ ਕੀ ਹੁੰਦਾ ਹੈ? ਮਾੜਾ, ਭੈੜਾ, ਵਿਕਾਰਾਂ ਵਿੱਚ ਫਸਿਆ ਹੋਇਆ ਜੀ। ਜਦੋਂ ਉਹ ਧੁੱਖਦਾ ਹੈ ਅਤੇ ਧੁੱਖ ਦੇ ਵਿੱਚੋਂ ਧੂੰਆਂ ਵੀ ਨਿਕਲਦਾ ਹੈ, ਅਤੇ ਸਾਧ ਸੰਗਤ ਜੀ, ਬਦਬੂ ਵੀ ਆਉਂਦੀ ਹੈ। ਉਹ ਧੂੰਆਂ ਕੀ ਹੈ? ਸਾਧ ਸੰਗਤ ਜੀ, ਈਰਖਾ ਦੇ ਕਰਕੇ, ਫਿਰ ਜਿਵੇਂ ਸਾੜੇ ਕਰਕੇ ਧੂੰਏ ਦਾ ਜਨਮ ਹੁੰਦਾ ਹੈ ਨਾ, ਉਵੇਂ ਈਰਖਾ ਕਰਕੇ ਨਿੰਦਿਆ ਦਾ ਜਨਮ ਹੁੰਦਾ ਹੈ। ਇਹ ਨਹੀਂ ਨਿੰਦਕ ਨੂੰ ਪਤਾ, ਨਿੰਦਾ ਤਾਂ ਉਹ ਕਰਨ ਦਿਆ, ਪਰ ਰੱਬ ਦੇ ਘਰੋਂ ਉਹਦੀ ਜੜ ਪੁੱਟੀ ਜਾ ਰਹੀ ਹੈ ਜੀ। ਜਿੰਨਾ ਮਰਜ਼ੀ ਜਪ ਤਪ ਸੰਜਮ ਨੇਮ ਕਰ ਲਵੇ, ਜੇ ਨਿੰਦਿਆ ਹੀ ਕਰਨੀ ਹੈ ਨਾ, ਤਾਂ ਸਾਧ ਸੰਗਤ ਜੀ ਸਮਝ ਲਓ, ਫਿਰ ਰੱਬ ਦੇ ਘਰੋਂ ਜੜ ਪੁੱਟੀ ਜਾਏਗੀ। ਮਹਾਰਾਜ ਦੀ ਬਾਣੀ ਦਾ ਪ੍ਰਮਾਣ ਸੁਣ ਲਿਓ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ। ਰੱਬ ਦੇ ਪਿਆਰਿਆਂ ਦਾ ਜਿਹੜਾ ਦੁਖੀ ਹੈ ਨਾ, ਉਹਦੀ ਜੜ ਨਹੀਂ ਹੁੰਦੀ ਸਾਧ ਸੰਗਤ ਜੀ। ਜਿਸ ਪੌਦੇ ਦੀ ਜੜ ਹੀ ਨਾ ਹੋਵੇ, ਉਹ ਕਿੰਨਾ ਕੁ ਚਿਰ ਜ਼ਮੀਨ ਵਿੱਚ ਰਹੇਗਾ? ਉਹਦੇ ਪੱਤੇ ਵੀ ਸੁੱਕ ਜਾਂਦੇ, ਉਹ ਆਪ ਵੀ ਸੁੱਕ ਜਾਂਦਾ, ਅਤੇ ਜਿਹਦੀ ਜੜ ਸੁੱਕੀ ਹੁੰਦੀ ਆ, ਉਸ ਪੌਦੇ ਰੁੱਖ ਤੋਂ ਵੀ ਕਿਸੇ ਨੂੰ ਸੁੱਖ ਨਹੀਂ ਮਿਲਦਾ ਜੀ। ਉਹ ਧੂੰਆਂ ਛੱਡਦਾ, ਧੂੰਆਂ ਕੀ ਛੱਡਦਾ? ਉਹ ਦਿਨ ਰਾਤ ਨਿੰਦਾ ਕਰਦਾ ਹੈ। ਨਿੰਦਕ ਬੰਦੇ ਧੂੰਆਂ ਹੀ ਛੱਡਣ ਦੇ ਆ। ਖੱਪ ਰੌਲੇ ਦੀ ਬਦਬੂ ਹੁੰਦੀ ਹੈ, ਅਤੇ ਖੱਪ ਰੌਲਾ ਸਿਆਣੇ ਗੁਰਮੁਖ ਨੂੰ ਤਾਂ ਚੰਗਾ ਨਹੀਂ ਲੱਗਦਾ। ਉਹ ਜਿਹੜੀ ਬਦਬੂ ਹੈ ਸਾਧ ਸੰਗਤ ਜੀ, ਉਹ ਕਿਸੇ ਮੂਰਖ ਨੂੰ ਹੀ ਚੰਗੀ ਲੱਗਦੀ ਹੋਏਗੀ। ਮਹਾਰਾਜ ਨੇ ਨਿੰਦਕਾਂ ਦੇ ਬਾਰੇ ਪਤਾ ਕੀ ਲਿਖਿਆ? ਜੋ ਦੇਖੈ ਛਿੱਦਰ ਤੋਂ ਨਿੰਦਕ ਉਮਾ ਹੈ। ਜਿਹੜਾ ਨਿੰਦਕ ਹੈ, ਉਹਨੇ ਕੀ ਵੇਖਣਾ? ਉਹਨੇ ਵੇਖਣਾ ਛਿੱਦਰ ਕਿੱਥੇ ਹੈ, ਛੇਕ ਕਿੱਥੇ ਹੈ, ਆਹ ਲੱਭ ਗਿਆ ਛੇਕ, ਕੌਣ ਦੱਸਾਂਗੇ ਦੁਨੀਆ ਨੂੰ? ਜੋ ਦੇਖੈ ਛਿੱਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ। ਕੋਈ ਭਲੇ ਦਾ ਕੰਮ ਹੁੰਦਾ ਹੋਵੇ, ਉਹ ਫਿਰ ਦੁਖੀ ਹੋ ਜਾਂਦਾ ਜੀ। ਭਲੇ ਦਾ ਕੰਮ ਵੇਖ ਕੇ ਨਿੰਦਕ ਦੁਖੀ ਹੋਏਗਾ, ਅਤੇ ਸਾਧ ਸੰਗਤ ਜੀ, ਜਦੋਂ ਨਿੰਦਕ ਦੁਖੀ ਹੋ ਗਿਆ ਨਾ ਜੀ, ਭਲੇ ਦਾ ਕੰਮ ਵੇਖ ਕੇ, ਅਤੇ ਦੁਖੀ ਹੋਇਆ ਬੰਦਾ ਕੀ ਕਰਦਾ? ਡਾਡਾਂ ਮਾਰਦਾ ਜੀ। ਦੁਖੀ ਹੋਇਆ ਕੀ ਕਰਦਾ? ਡਾਡਾਂ ਮਾਰਦਾ। ਗੱਜ ਕੇ ਆਖੋ, ਉਹ ਮਾਰਦਾ ਹੈ ਡਾਡਾਂ। ਅਤੇ ਸਾਧ ਸੰਗਤ ਜੀ, ਫਿਰ ਉਹ ਨਿੰਦਕ ਕੀ ਕਰਦਾ? ਨਿੰਦਾ ਕਰਦਾ ਹੈ, ਡਾਡਾ ਮਾਰਦਾ ਹੈ। ਅਤੇ ਕੋਈ ਬੜਾ ਮੂਰਖ ਬੰਦਾ ਹੋਏਗਾ ਜੀ, ਬੜਾ ਮੂਰਖ, ਪਤਾ ਕਿਹੜਾ ਜੀ? ਦੁਖੇ ਬੰਦਾ ਤਾਂ ਡਾਡਾ ਮਾਰਨ ਦਿਆ, ਉਹਦੇ 'ਤੇ ਹੋ ਰਹੀ ਹੈ ਢਿੱਡ ਪੀੜ, ਉਹ 'ਤੇ ਢਿੱਡ 'ਤੇ ਹੱਥ ਰੱਖ ਕੇ ਬੈਠਾ ਵੀ ਮੈਂ ਬੜਾ ਦੁਖੀ ਹਾਂ। ਉਹਨੂੰ ਦੁਖੀ ਨੂੰ ਵੇਖ ਕੇ ਦੂਜੇ ਬੰਨੇ ਵੀ ਬੰਦਾ ਢਿੱਡ 'ਤੇ ਪੀੜ ਕਹਿਣ ਲੱਗ ਪਿਆ ਜੀ।
ਢਿੱਡ 'ਤੇ ਹੱਥ ਰੱਖ ਲਿਆ, ਉਹ ਵੀ ਡਾਡਾ ਮਾਰਨ ਲੱਗ ਪਿਆ। ਉਹ ਮਹਾਂਮੂਰਖ ਬੰਦਾ ਹੁੰਦਾ ਹੈ ਜੀ, ਉਹ ਕਿੱਡਾ ਕੁ ਵਧੀਆ ਹੁੰਦਾ ਸਾਧ ਸੰਗਤ ਜੀ। ਕਿਤੇ ਪਹਾੜੀਏ ਕੀ ਸਨ? ਮਹਾਂਮੂਰਖ ਸਨ। ਤੁਰਕ ਕੀ ਸਨ? ਮਹਾਂਪੁਰਖ ਸਨ। ਉਹਨਾਂ ਨੇ ਸਤਿਗੁਰੂ ਦੇ ਸਾਰ ਨੂੰ ਸਮਝਿਆ ਹੀ ਨਹੀਂ ਜੀ। ਕਵੀ ਲਿਖਦਾ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਆਏ ਦਿਨ ਉਹ ਤੁਹਾਡੇ 'ਤੇ ਚੜ੍ਹਾਈਆਂ ਕਰਦੇ ਰਹੇ ਹੈ, ਆਏ ਦਿਨ ਉਹ ਸੱਚੇ ਪਾਤਸ਼ਾਹ ਤੁਹਾਡੇ ਨਾਲ ਜੰਗ ਕਰਦੇ ਰਹੇ ਹੈ, ਪਰ ਮਹਾਰਾਜ ਅੱਜ ਉਹ ਕਿੱਥੇ ਨੇ ਗਏ ਸਾਰੇ? ਅੱਜ ਕੋਈ ਨਹੀਂ ਲੱਭਦਾ। ਬਸ ਇਸੇ ਤਰ੍ਹਾਂ ਸਾਧ ਸੰਗਤ ਜੀ, ਰੱਬ ਦੇ ਪਿਆਰੇ ਜਿਹੜੇ ਨੇ, ਉਹਨਾਂ ਗੁਰਮੁਖਾਂ ਦੀ ਸਦਾ ਚੜ੍ਹਦੀ ਕਲਾ ਰਹਿੰਦੀ ਹੈ, ਸਦਾ ਚੜ੍ਹਦੀ ਕਲਾ ਰਹਿੰਦੀ ਹੈ। ਨਿੰਦਕ ਦੁਖੀ ਹੋਇਆ ਡਾਡਾ ਮਾਰੀ ਜਾਂਦਾ ਹੈ। ਮਹਾਂਮੂਰਖ ਉਹ ਲੋਕ ਹੈ ਜਿਹੜਾ ਨਿੰਦਕ ਦੇ ਨਾਲ ਰਲ ਕੇ ਉਹ ਵੀ ਡਾਡਾ ਮਾਰੀ ਜਾਏ ਜੀ। ਭਲੋ ਦੇਖ ਦੁੱਖ ਭਰੀਏ, ਉਹ ਤਾਂ ਉਹਨੂੰ ਸਮਝਾਏਗਾ ਵੀ ਭਾਈ ਨਿੰਦਾ ਨਾ ਕਰ, ਕਿਉਂ ਨਿੰਦਾ ਕਰਦਾ? ਜਦੋਂ ਸਾਨੂੰ ਪਤਾ ਲੱਗ ਗਿਆ ਨਾ ਇਹ ਨਿੰਦਾ ਕਿੰਨਾ ਨੁਕਸਾਨ ਕਰਦੀ ਹੈ, ਫਿਰ ਕੰਨਾਂ ਨੂੰ ਸਾਧ ਸੰਗਤ ਜੀ ਹੱਥ ਲੱਗੇਗਾ ਅਤੇ ਬੰਦਾ ਰੋਏਗਾ, ਕਲਪੇਗਾ, ਮੈਂ ਇਹ ਕੀ ਕਰ ਬੈਠਾ ਜੀ, ਮੈਂ ਇਹ ਕੀ ਕਰ ਬੈਠਾ। ਉਹਦਾ ਕਾਰਨ ਕੀ ਹੈ? ਕਾਰਨ ਬੜੇ ਧਿਆਨ ਨਾਲ ਸੁਣਿਓ। ਨਿੰਦਕ ਬੰਦਾ ਜਪ ਤਪ ਸੇਵਾ ਭਜਨ ਸਿਮਰਨ ਜੋ ਮਰਜ਼ੀ ਕਰੀ ਜਾਵੇ, ਕਥਾ ਕਰੀ ਜਾਵੇ 5 ਘੰਟੇ, ਸੁਣੀ ਵੀ ਜਾਵੇ 5 ਘੰਟੇ, ਪਰ ਸਾਧ ਸੰਗਤ ਜੀ ਮਹਾਰਾਜ ਬਾਣੀ 'ਚ ਕਹਿੰਦੇ, ਕੋਟ ਕਰਮ ਕਰਤੋ ਨਿੰਦਕ ਨਰਕ ਜਾਵੇ। ਗੱਜ ਕੇ ਆਖੋ, ਕਰੋੜਾਂ ਕੰਮ ਕਰੇ ਅਤੇ ਕਰਕੇ ਕਰੇ ਨਿੰਦਾ, ਮਹਾਰਾਜ ਕਹਿੰਦੇ ਜਾਏਗਾ ਨਰਕਾਂ ਵਿੱਚ। ਜਿਸ ਗੱਲ ਦਾ ਪਤਾ ਹੀ ਨਹੀਂ ਹੈ ਜੀ ਕਿਸੇ ਨੂੰ, ਐਵੇਂ ਹੀ ਨਿੰਦਾ ਕਰੀ ਜਾਣੀ, ਐਵੇਂ ਹੀ ਨਿੰਦਾ ਕਰੀ ਜਾਣੀ, ਉਹ ਫਿਰ ਨਰਕਾਂ ਦੀ ਟਿਕਟ ਕਟਾ ਰਿਹਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਮਹਾਰਾਜ ਦੀ ਬਾਣੀ ਕਹਿ ਰਹੀ ਹੈ। ਪਹਾੜੀਏ ਰਾਜੇ ਸਾਰੇ ਅੱਜ ਨਰਕਾਂ ਦੀ ਟਿਕਟ ਕਟਾਈ ਬੈਠੇ, ਨਰਕਾਂ 'ਚ ਹੀ ਵਾਸਾ ਜੀ ਉਹਨਾਂ ਦਾ, ਦੁਖੀ ਨੇ। ਕਰਮਾਂ ਦੀ ਖੇਡ ਹੈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਸ਼ਰਧਾ ਦੇ ਨਾਲ ਆਉਂਦੇ, ਪਿਆਰ ਦੇ ਨਾਲ ਆਉਂਦੇ, ਜਿਹੜੀ ਮਰਜ਼ੀ ਦਾਤ ਗੁਰੂ ਸਾਹਿਬ ਜੀ ਕੋਲ ਲਈ ਜਾਂਦੇ, ਮਹਾਰਾਜ ਕੋਲ ਘਾਟਾ ਜੀ ਕਿਸੇ ਗੱਲ ਦਾ? ਅੱਜ ਇਸ ਸਥਾਨ 'ਤੇ ਜਿਹੜਾ ਹੁਕਮਨਾਮਾ ਆਇਆ ਹੈ, ਹੁਕਮਨਾਮੇ ਵਿੱਚ ਆਖਿਆ ਹੀ ਮਹਾਰਾਜ ਨੇ ਇਹ ਹੈ, ਸਭ ਦਾਤਾਂ ਕਰਤੇ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈਗੀਆਂ। ਗੱਜ ਕੇ ਆਖੋ, ਜਾਂ ਤਾਂ ਮੁਕਰੀਏ ਇਸ ਗੱਲ ਤੋਂ, ਗੁਰਬਾਣੀ ਤੋਂ ਮੁਕਰ ਜਾਈਏ। ਸਭ ਦਾਤਾਂ ਕਰਤੇ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਨੇ, ਅਤੇ ਸਭ ਦਾਤਾਂ ਪ੍ਰਾਪਤ ਉਹਨੂੰ ਹੁੰਦੀਆਂ ਜਿਹਨੂੰ ਕਰਤਾ ਪੁਰਖ ਵਾਹਿਗੁਰੂ ਦੇ ਦੇਵੇ ਜੀ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ। ਪਰਮੇਸ਼ਰ ਦਾਤ ਦਿੰਦਾ ਹੈ, ਦਾਤੇ ਨੇ ਦਾਤ ਜਿਹਨੂੰ ਦੇਣੀ ਹੈ ਉਹਨੂੰ ਦੇਣੀ ਹੈ। ਸਾਧ ਸੰਗਤ ਜੀ, ਬੰਦਾ ਜਿੰਨਾ ਮਰਜ਼ੀ ਦੁਖੀ ਸੁਖੀ ਹੋਈ ਜਾਵੇ, ਇੱਥੇ ਤਾਂ ਭਾਣਾ ਮੰਨਣਾ ਪੈਣਾ ਹੈ। ਗੁਰਮੁਖ ਜਿਹੜੇ ਨੇ ਨਾ, ਉਹ ਹੱਸ ਕੇ ਭਾਣਾ ਮੰਨਦੇ ਹੈ, ਭਾਣਾ ਮਨਮੁੱਖਾਂ ਨੂੰ ਵੀ ਮੰਨਣਾ ਪੈਂਦਾ, ਉਹ ਗੱਲ ਵੱਖਰੀ, ਉਹ ਰੋਂਦਿਆਂ ਹੋਇਆਂ ਮੰਨ ਲੈਂਦੇ ਹੈ। ਮੰਨਣਾ ਪਏਗਾ। ਕਹੋ ਪ੍ਰੇਮ ਨਾਲ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਹਾੜੀਆਂ ਨੇ ਮਹਾਰਾਜ ਦੀ ਵਡਿਆਈ ਕਬੂਲੀ ਨਹੀਂ, ਫਿਰ ਕਬੂਲਣੀ ਪਈ। ਜਿੰਨਾ ਤੇ ਤੱਕ ਜਿਉਂਦੇ ਰਹੇ ਇੱਟ ਖੜੀਕਾ ਕਰਦੇ ਰਹੇ, ਫਿਰ ਨਰਕਾਂ 'ਚ ਵਾਸਾ ਹੋਇਆ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡਾ ਜਸ ਤੇ ਚਾਰੇ ਕੁੰਟਾਂ ਵਿੱਚ ਹੈ, ਤੁਹਾਡਾ ਜਸ ਤਾਂ ਆਸੇ ਪਾਸੇ ਸਾਰੀਆਂ ਥਾਵਾਂ 'ਤੇ ਹੋ ਰਿਹਾ। ਮਹਾਰਾਜ ਤੁਸੀਂ ਤਾਂ ਧਰਤੀ ਦੇ ਗਹਿਣੇ ਹੋ, ਅਤੇ ਉਹ ਕੀ ਹੈ? ਧਰਤੀ ਦੀ ਵਿਸ਼ਟਾ ਹੈ। ਨਿੰਦਕ ਕੀ ਹੈ? ਉਹ ਧਰਤੀ 'ਤੇ ਐਂ ਜਿਵੇਂ ਵਿਸ਼ਟਾ ਪਈ ਹੁੰਦੀ ਹੈ। ਮਹਾਰਾਜ ਤੁਸੀਂ ਤਾਂ ਧਰਤੀ ਦੇ ਗਹਿਣੇ ਹੋ, ਕਿਉਂ? ਨਿੰਦਕ ਨੇ ਸੜਨਾ ਹੈ ਅਤੇ ਸਾਧ ਸੰਗਤ ਜੀ ਉਹਨੇ ਬਦਬੂ ਹੀ ਫੈਲਾਉਣੀ ਹੈ, ਉਹਨੇ ਧੂੰਆਂ ਹੀ ਕੱਢਣਾ ਹੈ। ਜਿਹੜੀ ਚੀਜ਼ ਸੜ ਰਹੀ ਹੈ ਉਹ ਧੂੰਆਂ ਕੱਢਦੀ ਹੈ, ਬਦਬੂ ਆਉਂਦੀ ਹੈ, ਉਹ ਜਿਹੜੀ ਵਿਸ਼ਟਾ ਹੈ ਸਾਧ ਸੰਗਤ ਜੀ, ਉਹ ਬਦਬੂ ਹੀ ਹੈ, ਬਦਬੂ ਹੈ। ਮਹਾਰਾਜ ਦਸਵੇਂ ਪਾਤਸ਼ਾਹ, ਤੁਸੀਂ ਤਾਂ ਮਹਾਰਾਜ ਧਰਤੀ ਦੇ ਗਹਿਣੇ ਹੋ। ਕਵੀ ਲਿਖਦਾ, ਭੂਮ ਕੇ ਬੇਪੁਖਨ ਜੋ ਦੁਖਨ ਕੇ ਦੁਖਨ, ਸਮੂਹ ਸੁਖ ਸੂ ਸਮੂਹ ਸੁਖ ਸੂਹੂ ਕੇ ਮੁਖ ਦੇਖੇ ਹੀ ਅਗਾਈਏ। ਮਹਾਰਾਜ ਸੱਚੇ ਪਾਤਸ਼ਾਹ,
ਤੁਸੀਂ ਮਹਾਰਾਜ ਧਰਤੀ ਦੇ ਗਹਿਣੇ ਹੋ, ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ, ਸਮੂਹ ਸੁੱਖ ਹੂੰਕੇ ਮੁੱਖ ਦੇਖੇ ਅਤੇ ਅਗਾਈਏ, ਦਸਵੇਂ ਪਾਤਸ਼ਾਹ ਤੁਹਾਡਾ ਤਾਂ ਚਿਹਰਾ ਵੇਖ ਕੇ ਰਾਜਾ ਆ ਜਾਂਦਾ ਹੈ। ਮਹਾਰਾਜ ਭੋਜ, ਰਾਜੇ ਭੋਜ ਦਾ ਦਾਨ ਕਦੀ ਕਦੀ ਕਰਦਾ ਸੀ, ਕਮਾਲ ਕਰ ਦਿੰਦਾ ਸੀ, ਤੁਹਾਡੇ ਦਰ 'ਤੇ ਤਾਂ ਰੋਜ਼ ਰਾਜੇ ਭੋਗ ਦਾ ਦਾਨ ਚੱਲਦਾ ਹੈ, ਰਾਜੇ ਭੋਜ ਦਾ। ਇਸ ਤਰੀਕੇ ਦੇ ਨਾਲ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਵਡਿਆਈਆਂ ਕਵੀ ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਕਰ ਰਹੇ ਹੈ। ਹੁਣ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਕਵੀਆਂ ਦੇ ਲਿਖੇ ਹੋਏ ਕਵਿਤ ਮੇਰੇ ਸਤਿਗੁਰੂ ਜੀ ਦੀ ਸ਼ਾਨ ਦੇ ਵਿੱਚ ਸੁਣਾ ਰਹੇ ਹੈ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਜੀ ਸ਼ੀਲ ਰਸ ਸਾਇਰ ਰਜੀਲੋ ਰਣ ਰੰਗ ਧੀਰ, ਜੰਗ ਜੁਰੇ ਜੈਤਵਾਰ ਕਰਨੀ ਕੁਬੇਰ ਕੀ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਸ਼ੀਲ ਰਸ ਸਾਇਰ, ਤੁਸੀਂ ਸ਼ਾਂਤ ਵੀ ਬੜੇ ਹੋ ਮਹਾਰਾਜ, ਸ਼ਾਂਤ ਰਸ ਦੇ ਤਾਂ ਸਮੁੰਦਰ ਹੋ, ਸਮੁੰਦਰ ਉੱਤੋਂ ਕਿੰਨਾ ਸ਼ਾਂਤ ਹੁੰਦਾ ਸਾਧ ਸੰਗਤ ਜੀ। ਮਹਾਰਾਜ ਗਰੀਬ ਨਿਵਾਜ, ਤੁਸੀਂ ਸ਼ਾਂਤ ਰਸ ਦੇ ਸਮੁੰਦਰ ਹੋ, ਅਤੇ ਨਾਲ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਵੀਰ ਰਸ ਵਿੱਚ ਜੇ ਤੁਸੀਂ ਆ ਜਾਓ ਤਾਂ ਮਹਾਰਾਜ ਤੁਹਾਡੇ ਵੀਰ ਰਸ ਦਾ ਵੀ ਮੁਕਾਬਲਾ ਨਹੀਂ ਹੈ। ਗੱਜ ਕੇ ਆਖੋ ਕਿਉਂ ਸਾਧ ਸੰਗਤ ਜੀ, ਵੀਰ ਰਸ ਵਿੱਚ ਫਿਰ ਕਿਹੜਾ ਮੁਕਾਬਲਾ ਕਰੇਗਾ ਮਹਾਰਾਜ ਦਾ? ਇਹ ਨਹੀਂ ਹੈ ਵੀ ਮਹਾਰਾਜ ਸ਼ਾਂਤ ਹੈ ਅਤੇ ਜੋ ਮਰਜ਼ੀ ਆਖੀ ਚੱਲੋ, ਜੇ ਮਹਾਰਾਜ ਵੀਰ ਰਸ ਵਿੱਚ ਆਉਣ ਤਾਂ ਉੱਧਰ ਕਮਾਲਾਂ ਕਰ ਦਿੰਦੇ ਹੈ। ਅਤੇ ਹਜ਼ੂਰ ਗਰੀਬ ਨਿਵਾਜ, ਜੰਗ ਵਿੱਚ ਜੇ ਮਹਾਰਾਜ ਤੁਸੀਂ ਆ ਜਾਓ ਤਾਂ ਤੁਹਾਨੂੰ ਜਿੱਤਣ ਵਾਲਾ ਕੋਈ ਨਹੀਂ ਹੈਗਾ। ਹਾਂਜੀ, ਕਹਿ ਕਬ ਕੌਣ ਤੇਜ ਤਰਨ ਲੋ ਤਪੇ ਤੂੰ ਅੰਗ, ਪਾਰਾ ਵਾਰ ਲੱਗ ਫੈਲੀ ਜੀਤ ਸ਼ਮਸ਼ੇਰ ਕੀ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ, ਗਰੀਬ ਨਿਵਾਜ ਮਹਾਰਾਜ, ਕਿਹੜਾ ਕਵੀ ਆਪ ਜੀ ਦੇ ਤੇਜ ਦਾ ਵਰਣਨ ਕਰ ਸਕਦਾ ਹੈ? ਇਸ ਦੁਨੀਆਂ 'ਤੇ ਕੋਈ ਕਵੀ ਨਹੀਂ ਹੈ ਜਿਹੜਾ ਆਪਣੀ ਕਵਿਤਾ ਵਿੱਚ ਤੁਹਾਡੇ ਸਾਰੇ ਗੁਣ ਲਿਖ ਸਕੇ। ਕੱਜ ਕੇ ਆਖੋ ਕਿਉਂ ਮਹਾਰਾਜ ਦੇ ਸਾਰੇ ਗੁਣ ਖਾਲਸਾ ਜੀ ਲਿਖੇ ਨਹੀਂ ਜਾ ਸਕਦੇ, ਨਾ ਬੋਲੇ ਹੀ ਜਾ ਸਕਦੇ ਹੈ। ਇੰਨੇ ਗੁਣ ਨੇ ਮੇਰੇ ਕਲਗੀਆਂ ਵਾਲੇ ਵਿੱਚ, ਸੱਚੀ ਮੁੱਚੀ ਨਹੀਂ ਬਿਆਨ ਹੋ ਸਕਦੇ। ਕਹਿ ਕਬ ਕੌਣ, ਮਹਾਰਾਜ ਕਿਹੜਾ ਕਵੀ ਹੈ ਜਿਹੜਾ ਤੁਹਾਡਾ ਤੇਜ ਪ੍ਰਤਾਪ ਦੱਸ ਸਕੇ? ਮਹਾਰਾਜ ਗਰੀਬ ਨਿਵਾਜ, ਸੂਰਜ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਜਿੰਨੀ ਥਾਂ ਪਲੇਸ ਬਣਦਾ ਸਾਰਾ ਤੁਹਾਡੇ ਜਸ ਨਾਲ ਭਰਿਆ ਜਾਵੇ ਤਾਂ ਵੀ ਥੋੜ੍ਹਾ ਹੈ ਸੱਚੇ ਪਾਤਸ਼ਾਹ। ਹਾਂਜੀ, ਕਰ ਰਾਣ ਰੋਸ ਖਲ ਖੰਡਨ ਕਟਕ ਕੂਟ, ਦੂਜਨ ਦਰੇਰ ਜਗ ਜੀਤ ਜਿਵੇਂ ਜੇਰ ਕੀ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਕਰ ਰਣ ਰੋਸ ਖਲ ਖੰਡਨ ਕਟਕ ਕੂਟ, ਮਹਾਰਾਜ ਜਦੋਂ ਤੁਸੀਂ ਰੋਸ ਵਿੱਚ ਆਓ ਤੇ ਦੁਸ਼ਟਾਂ ਵੈਰੀਆਂ ਦਾ ਨਾਸ਼ ਵੀ ਬੜਾ ਟਕਾ ਕੇ ਕਰਦੇ ਹੋ, ਟਕਾ ਕੇ ਕਰਦੇ ਹੋ। ਆਪਾਂ ਕਹਿ ਦਿੰਦੇ ਹਾਂ ਜੀ ਹਰ ਇੱਕ ਵਿੱਚ ਰੱਬ ਹੈ, ਹਰ ਇੱਕ ਵਿੱਚ ਰੱਬ ਹੈ, ਪਰ ਗੁਰਮੁਖੋ ਜਿਹੜੇ ਨਾਮ ਜਪਦੇ ਉਹਨਾਂ ਵਿੱਚ ਪ੍ਰਗਟ ਹੁੰਦਾ ਹੈ। ਰੱਬ ਦੀ ਸ਼ਕਤੀ ਤਾਂ ਹਰ ਵਿੱਚ ਹੈ, ਉਸੇ ਨਾਲ ਕੋਈ ਨਿੰਦਿਆ ਕਰੀ ਜਾਂਦਾ, ਦੂਜਿਆਂ ਨੂੰ ਭੜਕਾਈ ਜਾਂਦਾ, ਹੁਣ ਉਹਦੇ ਵਿੱਚ ਕਿਵੇਂ ਰੱਬ ਵੇਖੀਏ? ਦਸਵੇਂ ਪਾਤਸ਼ਾਹ ਨੇ ਕਿਰਪਾਨਾਂ ਫੜ ਕੇ ਕਿਹਨਾਂ ਨੂੰ ਸੋਧਾ ਲਾਇਆ ਸੀ? ਇਹੋ ਪਹਾੜੀਆਂ ਨੂੰ ਲਾਇਆ ਸੀ ਨਾ ਜੀ ਸਾਧ ਸੰਗਤ ਜੀ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਪਹਾੜੀਆਂ ਦੇ ਲਸ਼ਕਰਾਂ ਨੂੰ ਪੁੱਟ ਸੁੱਟਿਆ ਸੱਚੇ ਪਾਤਸ਼ਾਹ, ਲਸ਼ਕਰਾਂ ਨੂੰ, ਫੌਜਾਂ ਨੂੰ ਪੁੱਟ ਸੁੱਟਿਆ। ਹਾਂਜੀ, ਤੇਗ ਤ੍ਰਾਸ ਸੱਚ ਗੁਰ ਗੋਬਿੰਦ ਜੁਤੇ ਰੋਦਾ ਜਸ, ਜਗਰ ਮਗਰ ਪਏ ਸ਼ੋਭਾ ਗਈ ਮੇਰ ਕੀ। ਹਜ਼ੂਰ ਗਰੀਬ ਨਿਵਾਜ, ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਮੈਂ ਤੁਹਾਡੀ ਤੇਗ ਦੇ ਬਾਰੇ ਦੱਸਣ ਲੱਗਾ ਤਾਂ ਕਿੰਨਾ ਕੁ ਦੱਸਾਂਗਾ ਮਹਾਰਾਜ? ਜਿਹੜੀ ਹੱਥ ਵਿੱਚ ਤੁਸੀਂ ਤੇਗ ਫੜੀ ਹੈ ਇਹਦਾ ਕਿੰਨਾ ਕੁ ਪ੍ਰਤਾਪ ਹੈ ਮਹਾਰਾਜ ਸੱਚੇ ਪਾਤਸ਼ਾਹ, ਇਹ ਤੁਸੀਂ ਮਹਾਰਾਜ ਕੋਈ ਵਰਣਨ ਨਹੀਂ ਕਰ ਸਕਦਾ ਤੁਹਾਡੀ ਤੇਗ ਦਾ। ਮਹਾਰਾਜ ਇਹ ਜਦੋਂ ਤੁਸੀਂ ਕੱਢਦੇ ਹੋ ਜਗਮਗਾਉਂਦੀ ਹੈ ਅਤੇ ਦੁਸ਼ਟਾਂ ਦੇ ਸਿਰ ਵੱਢ ਦਿੰਦੀ ਹੈ ਤੁਹਾਡੀ ਤੇਗ, ਦੁਸ਼ਟਾਂ ਪਾਪੀਆਂ ਦਾ ਨਾਸ਼ ਕਰ ਦਿੰਦੀ ਹੈ। ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਆਏ ਨਾ ਇੰਗਲੈਂਡ ਦੀ ਧਰਤੀ ਤੋਂ ਪਾਲਮਪੁਰ ਏਅਰਪੋਰਟ 'ਤੇ ਮਹਾਰਾਜ ਦੇ ਸ਼ਸਤਰ ਆਏ ਅਤੇ ਸਾਧ ਸੰਗਤ ਜੀ ਲਾਲ ਬਹਾਦੁਰ ਸ਼ਾਸਤਰੀ ਉਸ ਸਮੇਂ ਮਹਾਰਾਜ ਦੇ ਸ਼ਸਤਰ ਲੈਣ ਗਏ ਜਿਹੜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਕਹਿੰਦੇ ਉਹ ਇਹ ਸ਼ਸਤਰ
ਦਰਸ਼ਨ ਕਰਕੇ ਨਾ ਬੈਰਾਗੀ ਹੋ ਗਏ ਸਨ ਮਹਾਰਾਜ ਦੇ ਸ਼ਸਤਰਾਂ ਦੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਉਦੋਂ ਗਿਆਨੀ ਸ਼ਰਮ ਸਿੰਘ ਜੀ, ਉਹਨਾਂ ਦਾ ਨਾਮ ਸੀਗਾ ਗਿਆਨੀ ਸ਼ਰਮ ਸਿੰਘ ਜੀ। ਕਹਿੰਦੇ ਗਿਆਨੀ ਸ਼ਰਮ ਸਿੰਘ ਜੀ ਨੇ ਇੱਕ ਫਿਰ ਨਾ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕਰਕੇ ਕਵਿਤਾ ਲਿਖੀ ਸੀ। ਉਹਨਾਂ ਵੇਖਿਆ ਮਹਾਰਾਜ ਦੇ ਸ਼ਸਤਰਾਂ ਨੂੰ ਅੱਜ ਜੱਗ ਪੂਜਣ ਦਿਆ, ਸਾਰਾ ਜਗਤ ਗੁਰੂ ਕਲਗੀਧਰ ਜੀ ਦੇ ਸ਼ਸਤਰਾਂ ਨੂੰ ਨਮਸਕਾਰ ਕਰ ਰਿਹਾ। ਆ ਕੇ ਉਹਨਾਂ ਕਵਿਤਾ ਲਿਖੀ ਸੀ, ਉਂਝ ਤਾਂ ਦੁਨੀਆਂ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ 'ਚ ਵਾਧਾ ਹੈ ਕਿ ਤੇਰੇ ਨੇ ਸ਼ਸਤਰ। ਮਹਾਰਾਜ ਉਵੇਂ ਤਾਂ ਦੁਨੀਆਂ 'ਚ ਬਹੁਤ ਸ਼ਸਤਰ ਨੇ, ਸਾਰਿਆਂ ਦੇ ਸ਼ਸਤਰਾਂ ਨੂੰ ਕੋਈ ਮੱਥੇ 'ਤੇ ਨਹੀਂ ਟੇਕਣ ਦਿਆ। ਅੱਜ ਵੀ ਅਨੰਦਪੁਰ ਸਾਹਿਬ ਮਹਾਰਾਜ ਦੇ ਸ਼ਸਤਰ ਪਏ ਹੈ, ਸਾਧ ਸੰਗਤ ਜੀ ਸੰਗਤਾਂ ਨਮਸਕਾਰ ਕਰਦੀਆਂ। ਅਕਾਲ ਤਖ਼ਤ ਸਾਹਿਬ ਕੀ ਪਿਆ? ਮਹਾਰਾਜ ਦੇ ਸ਼ਸਤਰ ਪਏ ਪਾਲਕੀ ਸਾਹਿਬ। ਹਜ਼ੂਰ ਸਾਹਿਬ ਕੀ ਹੈ? ਥੜਾ ਸਾਹਿਬ 'ਤੇ ਮਹਾਰਾਜ ਦੇ ਸ਼ਸਤਰ ਪਏ ਹੋਏ ਹੈ। ਸਾਧ ਸੰਗਤ ਜੀ ਨਮਸਕਾਰਾਂ ਕਰਦੀਆਂ ਸੰਗਤਾਂ, ਉਂਝ ਤਾਂ ਦੁਨੀਆਂ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ 'ਚ ਵਾਧਾ ਹੈ ਕਿ ਤੇਰੇ ਨੇ ਸ਼ਸਤਰ। ਇਹ ਸ਼ਸਤਰ ਕੀ ਨੇ? ਇਹ ਸ਼ਸਤਰ ਉਹ ਨਹੀਂ ਹੈ ਜਿਹੜੇ ਜ਼ਾਲਮਾਂ ਨੇ ਹੱਥ ਵਿੱਚ ਫੜੇ ਹੈ। ਕਹਿਣ ਲੱਗੇ ਮਹਾਰਾਜ ਇਹ ਕਿਹੜੇ ਸ਼ਸਤਰ ਹੈ? ਇਹ ਉਹ ਸ਼ਸਤਰ ਨੇ ਜਿਹੜੇ ਇੱਕ ਡਾਕਟਰ ਨੇ ਆਪਣੇ ਹੱਥ ਵਿੱਚ ਫੜੇ ਹੁੰਦੇ ਹੈ। ਡਾਕਟਰ ਨੇ ਵੀ ਕੈਂਚੀ ਫੜੀ ਹੁੰਦੀ ਹੈ, ਸੂਈ ਫੜੀ ਹੁੰਦੀ ਹੈ ਡਾਕਟਰ ਨੇ ਵੀ। ਸਾਧ ਸੰਗਤ ਜੀ ਹੈ ਤਾਂ ਉਹ ਵੀ ਇੱਕ ਪ੍ਰਕਾਰ ਦੇ ਸ਼ਸਤਰ ਨੇ, ਪਰ ਉਹ ਸ਼ਸਤਰ ਕੀ ਕਰਦੇ ਹੈ? ਇਹ ਸ਼ਸਤਰ ਨੇ ਨਸਤਰ ਗੁਰੂ ਵੈਦ ਦੇ ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ। ਉਸ ਸ਼ਸਤਰ ਨਾਲ ਕਿਸੇ ਦਾ ਬੁਰਾ ਨਹੀਂ, ਉਸ ਸ਼ਸਤਰ ਨਾਲ ਕਿਸੇ ਦਾ ਭਲਾ ਹੁੰਦਾ ਹੈ। ਰੋਗੀਆਂ ਦੇ ਮਿੱਤਰ ਨੇ ਮਹਾਰਾਜ ਤੁਹਾਡੇ ਸ਼ਸਤਰ, ਜਿਹੜੇ ਤੁਹਾਡੇ ਸ਼ਸਤਰ ਹੈ ਨਾ ਇਹ ਰੋਗੀਆਂ ਦੇ ਮਿੱਤਰ ਨੇ। ਇਹ ਸ਼ਸਤਰ ਨੇ ਨਸਤਰ ਗੁਰੂ ਵੈਦ ਦੇ। ਕਹਿਣ ਲੱਗੇ ਇਕੱਲੇ ਤੇਰੇ ਨਾ ਮੇਰੇ ਨੇ ਸ਼ਸਤਰ। ਕਹਿਣ ਲੱਗੇ ਸੰਗਤ ਇਹਨਾਂ 'ਤੇ ਇਕੱਲਾ ਮੇਰਾ ਅਤੇ ਤੁਹਾਡਾ ਹੀ ਅਧਿਕਾਰ ਨਹੀਂ ਹੈਗਾ, ਇਹਨਾਂ ਸ਼ਸਤਰਾਂ ਨੇ ਸਾਰੇ ਵਤਨ ਦੀ ਪੱਤ ਰੱਖੀ ਹੈ, ਤਾਂਹੀਓ ਪੂਜਦਾ ਜੱਗ ਅੱਜ ਤੇਰੇ ਨੇ ਸ਼ਸਤਰ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡੇ ਸ਼ਸਤਰਾਂ ਨੇ ਹੀ ਸਾਰੇ ਜਗਤ ਦੀ ਪੈਚ ਰੱਖੀ ਹੈ, ਤਾਂਹੀਓ ਤਾਂ ਜਗਤ ਅੱਜ ਤੁਹਾਡੇ ਸ਼ਸਤਰਾਂ ਦੀ ਪੂਜਾ ਕਰ ਰਿਹਾ। ਦਾਸ ਨੇ ਨਾ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਥੱਲੇ ਬੈਠ ਕੇ ਜਦੋਂ ਅਸੀਂ ਸੀ ਗਏ, ਸਿੰਘਾਂ ਨੇ ਅੱਗੇ ਬਿਠਾ ਦਿੱਤਾ, ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ। ਸੱਚੀ ਗੱਲ ਹੈ, ਜਦੋਂ ਸਿੰਘ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕਰਾ ਰਹੇ ਸਨ ਨਾ, ਤਾਂ ਐਂ ਮਹਿਸੂਸ ਹੋ ਰਿਹਾ ਸੀ ਜਿਵੇਂ ਬਾਜਾਂ ਵਾਲੇ ਦੇ ਦਰਸ਼ਨ ਹੋ ਰਹੇ ਹੈ। ਭਾਵਨਾ ਇੰਨੀ ਵੱਡੀ ਰੱਖੋ, ਗੱਜ ਕੇ ਆਖੋ। ਆਪਾਂ ਮਹਾਰਾਜ ਦੇ ਇਹਨਾਂ ਗੱਲਾਂ ਦੀ ਕਦਰ ਨਹੀਂ ਕਰਦੇ? ਗੁਰੂ ਕੇ ਸ਼ਸਤਰਾਂ ਦੀ ਪੂਜਾ ਕਰਿਆ ਕਰੋ, ਗੁਰੂ ਕੇ ਸ਼ਸਤਰਾਂ ਨੂੰ ਨਮਸਕਾਰ ਕਰਿਆ ਕਰੋ। ਇਹ ਸ਼ਸਤਰ ਸਤਿਗੁਰੂ ਦੇ ਨੇ, ਇਹਨਾਂ ਸ਼ਸਤਰਾਂ ਦੇ ਨਾ ਹੀ ਸੱਚੇ ਪਾਤਸ਼ਾਹ ਨੇ ਪਤਾ ਨਹੀਂ। ਜੇ ਮਹਾਰਾਜ ਉਹ ਸ਼ਸਤਰ ਨਾ ਚਲਾਉਂਦੇ ਅਸੀਂ ਅੱਜ ਵੀ ਗੁਲਾਮ ਹੀ ਹੋਣਾ ਸੀਗਾ ਜੀ, ਅਸੀਂ ਆਜ਼ਾਦ ਨਹੀਂ ਸੀ ਹੋ ਸਕਦੇ। ਆਜ਼ਾਦ ਤਾਂ ਤੁਰੇ ਫਿਰਦੇ ਹਾਂ, ਸਿਰ 'ਤੇ ਦਸਤਾਰਾਂ ਤਾਂ ਨੇ। ਸਾਧ ਸੰਗਤ ਜੀ ਜੇ ਮਹਾਰਾਜ ਨੇ ਸ਼ਸਤਰ ਚਲਾਏ ਕਿੱਥੋਂ ਤੁਰਕੜੇ ਬੰਨਣ ਦਿੰਦੇ ਸਨ? ਪਹਾੜੀਏ ਈਰਖਾ ਬਸ ਈਰਖਾ ਦੇ ਬਦਬੂ ਮਾਰਨ ਦੇ ਹੈ, ਨਿੰਦਾ ਕਰਦੇ ਹੈ, ਸਾਧ ਸੰਗਤ ਜੀ ਕਿੱਥੋਂ ਵੇਖ ਕੇ ਜਰਦੇ ਸਨ? ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜੇ ਸ਼ਸਤਰ ਨਾ ਚੁੱਕੇ ਹੁੰਦੇ ਤਾਂ ਸਾਧ ਸੰਗਤ ਜੀ ਅੱਜ ਸਾਡੇ ਸੀਸ 'ਤੇ ਦਸਤਾਰਾਂ ਨਹੀਂ ਸੀ ਆਉਣੀਆਂ ਜੀ। ਮਹਾਰਾਜ ਦੇ ਸ਼ਸਤਰਾਂ ਦਾ ਸਤਿਕਾਰ ਕਰਿਆ ਕਰੋ, ਮਹਾਰਾਜ ਗਰੀਬ ਨਵਾਜ ਜੀ ਦੇ ਸ਼ਸਤਰਾਂ ਅੱਗੇ ਵੀ ਹੱਥ ਜੁੜਿਆ ਕਰੋ। ਮਹਾਰਾਜ ਨੇ ਸ਼ਸਤਰ ਨਾਮ ਮਾਲਾ ਵਿੱਚ ਕੀ ਲਿਖਿਆ? ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਭ ਸਰੋਹੀ ਸਹਿਥੀ ਇਹ ਹਮਾਰਾ ਪੀਰ। ਮਹਾਰਾਜ ਕਹਿੰਦੇ ਇਹ ਸ਼ਸਤਰ ਸਾਡੇ ਪੀਰ ਹਨ। ਇਸ ਕਰਕੇ ਕਵੀ ਮਹਾਰਾਜ ਗਰੀਬ ਨਵਾਜ ਜੀ ਦੀ ਸਿਫਤ ਕਰਦਾ, ਕਹਿੰਦਾ ਤੇਗ ਤਰਾਸ ਸਾਚੋ ਗੁਰ ਗੋਬਿੰਦ ਜੋ ਤੇਰੋ ਜਸ। ਮਹਾਰਾਜ ਜਿਹੜੀ ਤੁਹਾਡੀ ਤੇਜ ਦਾ ਜਸ ਹੈ, ਤੁਹਾਡੀ ਤੇਗ ਤੋਂ ਤਾਂ ਸਾਰੇ ਡਰਦੇ ਹੈ, ਤੁਹਾਡੀ ਤਲਵਾਰ ਤੋਂ ਕਿਰਪਾਨ ਤੋਂ। ਜਗਰ ਮਗਰ ਭਏ ਸ਼ੋਭਾ ਗਈ ਮੇਰ ਕੀ। ਕਹਿਣ ਲੱਗੇ ਸੁਮੇਰ ਪਰਬਤ ਬੜਾ ਉੱਚਾ ਫੱਬਦਾ ਹੈ। ਮਹਾਰਾਜ ਜਦੋਂ ਹੱਥ ਵਿੱਚ ਕਿਰਪਾਨ ਕੱਢ ਕੇ ਇਸ ਤਰ੍ਹਾਂ ਕਰਦੇ ਉਹ ਵੀ ਬੜੀ ਫੱਬਦੀ ਹੈ। ਹਾਂਜੀ। ਦੁੰਦ ਬੀ ਤੂੰ ਘਾਰੇ ਬਾਜੇ ਮਾਨੋ ਜਲ ਧਰ ਗਾਜੇ ਰਾਜਤ ਨਿਸ਼ਾਨ ਭਏ ਭਾਣ ਛਿਪੇ ਜਾਤ ਹੈ। ਕਵੀ ਵੇਖਦੇ ਆ ਵੀ ਮਹਾਰਾਜ ਗਰੀਬ ਨਵਾਜ ਜੀ ਜਿੱਥੇ ਜਾਂਦੇ ਆ ਅੱਗੇ ਨਿਸ਼ਾਨ 'ਚ ਹੀ ਹੁੰਦਾ ਹੈ। ਗੱਜ ਕੇ ਆਖੋ। ਅੱਗੇ ਨਿਸ਼ਾਨ 'ਚ ਹੀ ਹੁੰਦਾ ਹੈ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜਾਂਦੇ ਆ, ਦਲ ਪੂਰਾ ਨਾਲ ਜਾਂਦਾ,
ਪਹਾੜੀ ਰਾਜੇ ਵੇਖ ਵੇਖ ਕੇ ਸੜਦੇ ਹੈ ਵੀ ਅਸੀਂ ਰਾਜੇ ਹਾਂ, ਸਾਡਾ ਇੰਨਾ ਸਤਿਕਾਰ ਨਹੀਂ ਹੈ, ਇਹਨਾਂ ਦਾ ਇੰਨਾ ਕਿਉਂ ਸਤਿਕਾਰ ਹੈ? ਗੱਜ ਕੇ ਆਖੋ ਪਹਾੜੀਏ ਇਸੇ ਗੱਲ ਤੋਂ ਸੜੀ ਜਾਂਦੇ ਸੀਗੇ। ਉਹ ਸੜਦੇ ਹੀ ਰਹੇ ਸਾਰੀ ਉਮਰ, ਜਿੰਨਾ ਚਿਰ ਜਿਉਂਦੇ ਰਹੇ ਨਾ ਪਹਾੜੀਏ, ਉਹ ਮਾਰਾ ਤੋਂ ਸੜਦੇ ਰਹੇ, ਬੋਹੀ ਮਾਰਦੇ ਰਹੇ, ਬਦਬੂ ਮਾਰਦੇ ਰਹੇ ਸਤ ਸੰਗਤ ਜੀ। ਹਜ਼ੂਰ ਗਰੀਬ ਨਵਾਜ ਜਦੋਂ ਤੁਸੀਂ ਜਾਂਦੇ ਮਹਾਰਾਜ, ਸਾਰੇ ਅੱਖਾਂ ਟੱਡ ਟੱਡ ਵਹਿੰਦੇ ਆ, ਉੱਤੇ ਥੱਲੇ ਵੇਖਦੇ ਆ, ਅਤੇ ਗਰੀਬ ਨਵਾਜ ਜਦੋਂ ਮਹਾਰਾਜ ਤੁਹਾਡਾ ਨਗਾਰਾ ਵੱਜਦਾ, ਜਦੋਂ ਤੁਸੀਂ ਅੱਗੇ ਅੱਗੇ ਜਾਂਦੇ ਹੋ, ਰਣਜੀਤ ਨਗਾਰਾ ਵੱਜਦਾ, ਸਾਰੇ ਭੈ ਭੀਤ ਹੋ ਜਾਂਦੇ ਹਨ। ਸਤਿ ਸ੍ਰੀ ਮਹਾਰਾਜ, ਜਦੋਂ ਤੁਹਾਡਾ ਰਣਜੀਤ ਨਗਾਰਾ ਵੱਜਦਾ, ਧੁੰਦ ਵੀ ਤੁੰਘਾਰੇ ਬਾਜੇ, ਮਾਨੋ ਜਲ ਧਰ ਗਾਜੇ, ਐਂ ਲੱਗਦਾ ਜਿਵੇਂ ਬੱਦਲ ਗੱਜਿਆ ਹੋਵੇ। ਗੱਜ ਕੇ ਭਾਈ ਵਜਾ, ਸਤਿ ਸ੍ਰੀ ਧੁੰਦ ਵੀ ਤੁੰਘਾਰੇ ਬਾਜੇ, ਮਾਨੋ ਜਲ ਧਰ ਗਾਜੇ, ਰਾਜਤ ਨਿਸ਼ਾਨ ਪਏ ਪਾਣ ਛਿਪੇ ਜਾਤ ਹੈ। ਮਹਾਰਾਜ ਅੱਗੇ ਨਿਸ਼ਾਨ ਚੀ ਜਾਂਦਾ, ਹਜ਼ੂਰ ਗਰੀਬ ਨਵਾਜ ਪਹਾੜੀਏ ਵੇਖ ਵੇਖ ਕੇ ਸੜਦੇ ਆ, ਤੁਹਾਡੀ ਸੋਭਾ ਨੂੰ, ਤੁਹਾਡੀਆਂ ਸਵਾਰੀਆਂ ਨੂੰ, ਤੁਹਾਡੇ ਨਗਾਰਿਆਂ ਨੂੰ ਪਹਾੜੀਏ ਨਹੀਂ ਲੱਭਦੇ। ਗੁਰੂ ਦਾ ਨਗਾਰਾ ਅੱਜ ਵੀ ਵੱਜਦਾ ਹੈ ਸਤ ਸੰਗਤ ਜੀ, ਪਹਾੜੀਏ ਨਹੀਂ ਲੱਭਦੇ, ਸਤਿਗੁਰੂ ਜੀ ਦਾ ਨਗਾਰਾ ਅੱਜ ਵੀ ਵੱਜਦਾ, ਸਤਿਗੁਰੂ ਜੀ ਦਾ ਮਹੱਲਾ ਅੱਜ ਵੀ ਹੈ, ਸਤਿਗੁਰੂ ਦੇ ਨਿਸ਼ਾਨ ਸਾਹਿਬ ਅੱਜ ਵੀ ਝੁਲਦੇ ਆ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹਾਂਜੀ, ਹਾਥਨ ਕੇ ਹਲਕਾ ਹਜ਼ਾਰਨ ਗਣੇ ਕੋ ਹੈ, ਜੱਟ ਤੇ ਜਵਾਹਰ ਜੋ ਜਗ ਮਗ ਗਾਤ ਹੈ। ਮਹਾਰਾਜ ਸੱਚੇ ਪਾਤਸ਼ਾਹ, ਹਾਥੀਆਂ ਦੇ ਨਗ ਹਜ਼ਾਰਾਂ ਨੇ ਤੁਹਾਡੇ ਕੋਲ, ਹਜ਼ਾਰਾਂ ਹਾਥੀ ਨੇ ਤੁਹਾਡੇ ਕੋਲ ਸੱਚੇ ਪਾਤਸ਼ਾਹ, ਘੋੜਿਆਂ ਦੀ ਗਿਣਤੀ ਕੌਣ ਕਰੇ? ਹਾਥੀ ਤੇ ਹਜ਼ਾਰਾਂ ਨੇ, ਘੋੜਿਆਂ ਦੀ ਗਿਣਤੀ ਕੌਣ ਕਰੇ? ਸੱਚੇ ਪਾਤਸ਼ਾਹ, ਘੋੜਿਆਂ ਦੀਆਂ ਕਤਾਰਾਂ, ਹਾਥੀਆਂ ਦੀਆਂ ਕਤਾਰਾਂ ਤੁਹਾਡੇ ਦਰਬਾਰ ਵਿੱਚ ਗਿਣੀਆਂ ਨਹੀਂ ਜਾਂਦੀਆਂ। ਕੋਰ ਸਾਜੇ ਜੋਰ ਕਰ ਨਾਲਨ ਕੁਛ ਹੋਰ ਸੁਣੋ, ਸੰਕਤ ਸੁਰੇਸ਼ ਔ ਨਰੇਸ਼ ਬਿਖਲਾਤ ਹੈ। ਜਦੋਂ ਮਹਾਰਾਜ ਤੁਸੀਂ ਜਾਂਦੇ ਹੋ ਹਾਥੀਆਂ ਤੇ ਘੋੜਿਆਂ ਤੇ, ਨਗਾਰੇ ਵੱਜਦੇ ਹੈ ਮਹਾਰਾਜ, ਜਦੋਂ ਤੁਸੀਂ ਫੌਜਾਂ ਦੇ ਸਮੇਤ ਜਾਂਦੇ ਹੋ, ਤੁਹਾਡੇ ਨਗਾਰੇ ਸੁਣ ਸੁਣ ਕੇ ਪਹਾੜੀਏ ਈਰਖਾਲੂ ਦਿਨ ਰਾਤ ਦੁਖੀ ਹੁੰਦੇ ਰਹਿੰਦੇ ਹੈ। ਵਜਾਓ ਨਗਾਰਾ ਜੀ, ਸਤਿ ਸ੍ਰੀ। ਇਹ ਆਵਾਜ਼ ਚੰਗੀ ਲੱਗਦੀ ਹੈ ਜੀ, ਇਹ ਨਗਾਰਾ ਪਹਾੜੀਆਂ ਨੂੰ ਨਹੀਂ ਚੰਗਾ ਲੱਗਦਾ ਸੀਗਾ। ਹਾਂਜੀ, ਹੰਸ ਰਾਮ ਕਹਿਤ ਬਿਰਾਜੋ ਜਿਨ ਭਾਜੋ, ਗੁਰੂ ਗੋਬਿੰਦ ਕੋ ਮੰਗੇ ਕਵ ਰਾਜ ਚਲੇ ਜਾਤ ਹੈ। ਪਰ ਕਹਿਣ ਲੱਗੇ, ਇਹ ਤੇ ਮਹਾਰਾਜ ਤੁਸੀਂ ਜਾਣਾ ਤੇ ਡਰਨਾ ਹੀ ਹੈ ਪਹਾੜੀਆਂ ਨੇ, ਜਦੋਂ ਕਿਤੇ ਭਾਈ ਧੰਨਾ ਸਿੰਘ ਵੀ ਕਿਤੇ ਲਾਮ ਲਸ਼ਕਰ ਲੈ ਕੇ ਜਾਵੇ ਪਹਾੜੀਏ ਤੇ ਤਾਂ ਵੀ ਡਰ ਜਾਂਦੇ ਹੈ। ਗੱਜ ਕੇ ਆਖੋ, ਫਿਰ ਉਹਨਾਂ ਨੂੰ ਦੱਸਣਾ ਪੈਂਦਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਵੀਆਂ ਦਾ ਰਾਜਾ ਭਾਈ ਧੰਨਾ ਸਿੰਘ ਆਇਆ ਹੈ। ਤੁਸੀਂ ਐਵੇਂ ਡਰੀ ਜਾਂਦੇ ਹੋ, ਭਾਈ ਧੰਨਾ ਸਿੰਘ ਕੌਣ ਹੈ? ਇੱਕ ਮਿੰਟ ਵਿੱਚ ਮੈਂ ਮਹਾਰਾਜ ਦੀ ਬਖਸ਼ਿਸ਼ ਕਹਿ ਕੇ ਅੱਗੇ ਚੱਲਾਂਗਾ। ਭਾਈ ਧੰਨਾ ਸਿੰਘ ਸਾਧ ਸੰਗਤ ਜੀ ਘਾਹ ਵੱਢਣ ਵਾਲੇ ਸਨ, ਆ ਗਿਆ ਵਿਦਵਾਨ ਬੜੇ ਮਾਣ ਵਿੱਚ, ਮਹਾਰਾਜ ਜਿੰਨੀ ਕਵਿਤਾ ਸੋਹਣੀ ਮੈਂ ਲਿਖਦਾ ਲਿਖ ਹੀ ਨਹੀਂ ਕੋਈ ਸਕਦਾ। ਮਹਾਰਾਜ ਕਹਿੰਦੇ ਲਿਆ ਹਾਂ ਵਿਖਾ ਭਾਈ, ਮਹਾਰਾਜ ਵੇਖ ਕੇ ਹੱਸਣ ਲੱਗ ਪਏ। ਉਹ ਮਹਾਰਾਜ ਕਹਿੰਦੇ ਇਹਦੀ ਵਿਆਖਿਆ ਇਹਦੇ ਅਰਥ ਤੇ ਸਾਡਾ ਘਾਈ ਕਰ ਦੇਗਾ। ਮਹਾਰਾਜ ਕਹਿੰਦੇ ਸਿੰਘਾ ਜਾ ਧੰਨਾ ਸਿੰਘ ਨੂੰ ਸੱਦ ਕੇ ਲਿਆ। ਭਾਈ ਧੰਨਾ ਸਿੰਘ ਜੀ ਸਾਧ ਸੰਗਤ ਜੀ, ਉਹ ਵੱਡੀ ਜੀ ਪੱਗ ਬੰਨੀ ਹੈ ਘਾਈਆਂ ਵਾਂਗੂ, ਮੋਢੇ 'ਤੇ ਪਰਨਾ ਪਾਇਆ, ਸਾਦੇ ਮਰਾਦੇ ਕੱਪੜੇ ਅਤੇ ਲਿਬੜੇ ਮਿੱਟੀ ਦੇ ਨਾਲ ਹੱਥ ਝਾੜ ਕੇ ਕਹਿੰਦੇ ਮਹਾਰਾਜ ਹੁਕਮ ਕਰੋ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਪੰਡਿਤ ਬੜਾ ਮਾਣ ਕਰਦਾ ਇਹਦੇ ਅਰਥ ਕਰਦੇ ਇਹ, ਅਤੇ ਭਾਈ ਧੰਨਾ ਸਿੰਘ ਨੇ ਮਿੰਟ ਨਹੀਂ ਲਾਇਆ, ਨਵਸਾਤ ਪੀਏ ਨਵਸਾਤ ਪੀਏ, ਜਿਹੜਾ ਅਰਥ ਸੁਣਿਆ ਸੀ ਤੁਸੀਂ ਪਿੱਛੇ ਜੇ ਕਥਾ ਵਿੱਚ। ਧੰਨਾ ਸਿੰਘ ਹੈਰਾਨ, ਵਾਹਿਗੁਰੂ ਕਵੀ ਹੈਰਾਨ ਹੋ ਗਿਆ। ਮਹਾਰਾਜ ਕਹਿੰਦੇ ਧੰਨਾ ਸਿੰਘ ਹੁਣ ਤੂੰ ਵੀ ਕਵਿਤਾ ਲਿਖ ਲਾ। ਗੱਜ ਕੇ ਆਖੋ, ਉਹ ਮਹਾਰਾਜ ਨੇ ਸਮਰੱਥਾ ਦੇ ਦਿੱਤੀ, ਧੰਨਾ ਸਿੰਘ ਨੇ ਇਹੋ ਜਿਹੀ ਕਵਿਤਾ ਲਿਖੀ, ਕਵੀ ਨੂੰ ਪੜ੍ਹਨੀ ਨਹੀਂ ਆਈ, ਅਰਥ ਕਿੱਥੋਂ ਕਰਨੇ ਆ ਜੀ, ਕਵੀ ਨੂੰ ਪੜ੍ਹਨੀ ਨਹੀਂ ਆਈ ਜੀ, ਹਾਂਜੀ ਉਹਨੇ ਅਰਥ ਕਿੱਥੋਂ ਕਰਨੇ। ਉਹ ਫਿਰ ਧੰਨਾ ਸਿੰਘ ਨੂੰ ਮਹਾਰਾਜ ਨੇ ਸਰਦਾਰੀ ਦਿੱਤੀ ਸੀ। ਧੰਨਾ ਸਿੰਘ ਜੀ ਵੀ ਜਦੋਂ ਜਾਂਦੇ ਸੀ ਨਾ ਤੇ ਦਲ ਸਹਿਤ ਜਾਂਦੇ ਹੁੰਦੇ ਸੀਗੇ, ਮਹਾਰਾਜ ਕਹਿੰਦੇ ਸੀ ਸਾਡੇ ਕੋਲ ਕਵੀ ਹੈ ਤੇ ਤੂੰ ਸਾਡੇ ਕਵੀਆਂ ਦਾ ਰਾਜਾ ਹੈ।
तू साडे कवियां दा राजा, गुरु दी बख्शिश नूं वेख के कोई जिन्ना मर्जी सड़ी जावे जली जावे, जदों मेरे सतगुरु ने बख्शिश करनी उहने ते काइयां ते कर देनी है। सत संगत जी, वो एडे वड्डे ने, एडे वड्डे दाते ने सच्चे पातशाह, वह महाराज ते काइयां ते बख्शिशां कर देंदे ने। हुण वह कवि अड़ते नहीं सकिया जी महाराज की बख्शिश दे सामने, उहनूं झुकना पिया जी, उहनूं झुकना पिया। क्यों? महाराज गरीब नवाज जिन्हों मर्जी नवाज सकते हैं। और फिर भाई धन्ना सिंह कवियां दे राजे जदों जांदे उह वी दल सहित जांदे सी, ते उहनां दे आउण वाले सुन के पहाड़िए डर जांदे सन। दसना पैंदा सी गुरु साहब नहीं, गुरु दे कवियां दा राजा आया है। हाँ जी, साधन को सिद्ध शरणागत समर सिंध, सुधाधर सुंदर सरस पद पायो है। महाराज गरीब नवाज शरणागत दे साधक ने, महाराज तुसीं शरणागतां दे साधक हो, भाव जिहड़ा तुहाडी शरण विच इक वारी कलगी धारा आ जावे ना, महाराज तुसीं फिर उहदी पूरी इज्जत रखदे हो। महाराज ने गुरु तेग बहादुर साहब जी नूं कहा सी ना, महाराज तुहाडी शरण विच आए हुण सिर दे दिओ पर पिछे नहीं हटणा, शरण पालक हो, शरण पयां दी लाज रखदे हो, एक वारी हथ जोड़ के कवे ते सही, महाराज मैं तुहाडी शरण विच आया। हुण गुरु साहब की शरण छड के ते आसे पासे होर ना दी शरण विच जाएगा, हारेगा एक दिन। महाराज की शरण विच आ, फिर आएगी, पता लगेगा। साधनों को सिद्ध शरणागत समर सिंध, महाराज शरणागत साधकां दी आप सिद्धी हो, भाव सिद्धी दाते हो, ते महाराज जुद दे तां समुंदर हो तुसीं। गज के आखो, समुंदर च किन्ना पानी है, कोई हैगी गिणती मिनती? जे महाराज तुसीं जुद विच आ जाओ ते तुहाडी सूरमताई दी भी गिणती मिनती नहीं हैगी महाराज। ते नाल महाराज सुंदर चंद्रमा तो उच्ची पदवी महाराज तुसां पाई है, महाराज चंद्रमा नूं भी कलंक लग सकदा है, मेरे सतगुरु तुहानूं तां कलंक भी कोई नहीं है। हाँ जी, कुल को कलश कव कामना को काम तर, कोप किए काल कवियन गुण गायो है। महाराज कुल दे श्रोमणी हो, सोडी कुल दे श्रोमणी हो, ते कवियां दे इच्छा पूरी करन वास्ते तुसी कल्प ब्रिछ हो। महाराज कल्प ब्रिछ कहिंदे स्वर्गां विच है, हुंदा की है? कहिंदे उरे थल्ले बह जाओ ते जो मंगो ना वह मिल जांदा है। ते महाराज ने तां गुरबाणी च कहा वाहिगुरु दा नाम ही कल्प धारा है, इहो कल्प रुख है। कवि कहिंदे महाराज अहीं जो तुहाडे को मंगीए सानू मिल जांदा है, साडे लई ते गुरु गोबिंद सिंह साहिब तुसीं कल्प रुख ही हो। हाँ जी, देवन दानव मैं मानव मुनिमन मुह मैं, जां को जस जाहर जहान चल आयो है। देवतियां दे विच कज के आखो, दैंतां दे विच, मनुखां विच, मुनियां विच, सारे जहान विच आसे पासे तुहाडा ही जस हो रहा है महाराज, तुहाडियां ही सिफतां हो रहियां ने। हाँ, तेग साचो, देग साचो, सूरमा सरण साचो, साचो पातशाह गुरु गोबिंद कहायो है। महाराज तुहाडी तेग भी सच्ची ते तुहाडी देग भी सच्ची, गज के आखो। दो शब्द ने सात संगत जी आपां अरदास विच पढ़दे सुणदे आ, ओह दो शब्द केड़े आ? देग तेग फतेह। की कहने आ? देग तेग फतेह। ते कई बारी की हुंदा है जदों लंगर वाधे पै जाए ना, साडे सिंह कहिंदे जी देग तेग फतेह हो गई है, ये पता ही नहीं है भी इहदा मतलब की है। पहला देग तेग फतेह, पहला देग शब्द आया, जे गुरु का सिख देग वाले पासे जावे, देग की है? लंगर। जे गुरु का सिख गुरु ते बख्शे रब दे प्यारे लंगर वाले पासे चल जाण, लंगर विच भी फतेह है, उत्थे कई तरह के पदार्थ वरतन लग पैंदे है। ते जे रब दे प्यारे साध संगत जी तेग आले पासे हो जाण ना, ते तेग विच भी उहनां दी फतेह ही है, उत्थे दुष्ट लभदे ही नहीं है फिर साध संगत जी। इह है दोवां विच फतेह है। ते देग दी फतेह मैं दस दिंदा, गुरु के सिख दा सुभा साध संगत जी आ गुजरात विच भुचाल आया सीगा, ते गुरु के सिखां ने जाके उहनां दीआं मुख च रोटियां पाईआं, प्रशादे पाए। उन्हां विचों एक बजुर्ग रोंदा सीगा, सिंह ने पुछया तुसीं रोंदे क्यों? कहिंदा मैं उही हाँ जिन्हां ने तुहाडे भरावां दे गल विच सड़दे होए टायर पा के तुहाडे भरावां नूं मारिया सी, अज साडे बच्चे भुखे ने, तुसीं टायर नहीं पाउण आए, तुसीं साडे मुख च रोटी पाउण लई आ गए हो। कहिंदा
गुरु के सिख का करदार। महाराज देग साचो वाहिगुरु, तेग साचो देग साचो सूरमा सरन साचो। सच्चे पातशाह महाराज तेग विच भी तुसीं सच्चे हो, तलवार चलाउण च कोई मुकाबला है कृपान चलाउण च, ते सच्चे पातशाह लंगर का भी कोई मुकाबला नहीं है। कज के आखो कोई ला सकता है खालसे वांगू एकदम लंगर? ते साध संगत जी महाराज सूरमे भी सच्चे हो, जे तुहाडी शरण विच कोई पवे उहदी लाज भी रखदे हो, इस पासों भी सच्चे हो। तेग साचो देग साचो सूरमा सरन साचो, साचो पातशाह गुरु गोबिंद कहायो है। महाराज तुही हर पासों सच्चे ही हो, अज के आखो गुरु गोबिंद सिंह साहब सच्चे पातशाह। महाराज तुसी हर पासों गरीब नवाज सच्चे पातशाह जी, तुसी हर प्रकार दे नाल सच्चे हो। बेदन मैं शाम सुनो सिंध मर्यादा, मेर मंडल मही मैं गुर आई गुण गाए हो। वेदां विच कहिंदे आ शाम वेद बड़ा उत्तम है, गज के आखो। मर्यादा विच समुंदर, पृथ्वी दे मंडलां विच सुमेर, ये सारे श्रोमणी ने महाराज असी सुने इन्हां, ये सारे श्रोमणी ने, पर महाराज ये भी तुहाडे सामने आ जाण तां ये भी फिक्के पै जाण। महाराज सुमेर भी फिक्का पै जाए, तुसी तां महाराज इन्हां तों वध किते श्रोमणी हो, किते गुणा वाले हो। शर्म के सागर सपूतन के सिर मोर, सुंदर सुधादर से सुंदर गणाए हो। हजूर गरीब नवाज सच्चे पातशाह महाराज ज्ञान मर्यादा दे तुसी पुरशोत्तम हो, मर्यादा तुहाडे तों वध नहीं किसे ने रखी, गज के आखो। आ महाराज दे हुक्मनामे लिखे है, ते इत्थे इहो जे भी बंदे मैं सुने जिहड़े कहिंदे इन्हां दा की मतलब है, इह तां एवें ही ने कहिंदे लिखती रूप ही है। गुरु का सिंह दसो सौं खाएगा जी, हुक्मनामिआं च लिखिआ कलगी धर दा बचन है गुरु का सिख सौं नहीं खाएगा। कलगी धर दा बचन जिहड़ी गल करनी महाराज दी हजूरी विच करो, सौं दा की मतलब होया। ते साध संगत जी जे कह दिता जावे भी महाराज दे बचन पढ़ लो, ये सतगुरु दा बचन नहीं है, कहिंदे है ऐवें ही है, जेडे गुरु साहब नूं ऐवें कह देंदे फिर वो आप भी ऐवें ही बन जांदे है, शायद ऐवें तो भी थले बन जांदे हुण जी। ओ की रहेगा पल्ले, की रहेगा पल्ले, जेडे महाराज दे बचन नूं कह देण ये ऐवें ही है, पता आप नहीं है महाराज दे बचना दा, कह देण ये ऐवें ही है। हजूर गरीब नवाज सच्चे पातशाह महाराज शर्म दे तुसी सागर हो, भाव मर्यादा दे समुंदर हो तुसी, जिन्नी मर्यादा तुसी रखते उन्नी कोई रख नहीं सकता। पर हाँ एक गल कह दें, जेड़ा गुरु की मर्यादा रखता है गुरु की कृपा जरूर उरे ते हो जाती है जी। जेड़ा आखे मैं सतगुरु की मर्यादा भी नहीं रखनी, फिर उरते सतगुरु की कृपा नहीं होंगी सत संगत जी। महाराज शर्म के सागर सपूतन के सिर मोर, सुंदर सुधादर से सुंदर गणाए हो। अचल उच्चता विच तुसी महाराज गरीब नवाज अधिक तो अधिक हो, उच्चे बहुत ज्यादा हो गुरु गोबिंद सिंह साहब जी। रचन मैदान बाण बानी हरी चंद की सी, बिदत बिनाए बड़े बंस चले आए हो। हजूर गरीब नवाज बाणी रचन विच सारदा हो, ते दानी हरिचंद वर्गे हो, हरिचंद तो वर्गा दानी नहीं सी महाराज, तुसी तां उन्हां तों भी वड्डे हो। महाराज गरीब नवाज अपनी कुल विच आप जी सिरमौर हो। तेज को तरन तर वार को परस राम, गुरन में ऐसे गुरु गोबिंद कहाए हो। हजूर गरीब नवाज सच्चे पातशाह तेज दे तुसी सूरज हो, ते महाराज परसुराम दे जिवें कुहाड़ा कुहाड़े विच परसुराम जी धनी सन ना, महाराज जे उह भी तुहाडे सामने आ जाण तुसीं उहनां तों भी किते वध धनी हो। महाराज इस विद्या दे सच्चे पातशाह तुसीं तेग दे धनी हो गुरु साहिब जी, इसे करके महाराज तुहानूं इन्ना वड्डा गुरता गद्दी दा पद मिलिया है, इन्नी वड्डी बख्शिश सच्चे पातशाह जी आप जी नूं प्राप्त होई है। सो इहदे तों अग्गे साध संगत जी कब्बे तापा कल नूं सरवण करनगे, सतगुरु मेहर करन
ਕਿਰਪਾ ਕਰਨ, ਬਖਸ਼ਿਸ਼ ਕਰਨ। ਜਿਹੜਾ ਸਤਿਗੁਰੂ ਦੀ ਮਰਜ਼ਾਦਾ ਨੂੰ ਮੁੱਖ ਰੱਖਦਾ ਹੈ ਜੀ ਨਾ, ਉਹਦੇ 'ਤੇ ਗੁਰੂ ਦੀ ਕਿਰਪਾ ਰਹਿੰਦੀ ਹੈ। ਮਹਾਰਾਜ ਜੀ ਦੀ ਮਰਜ਼ਾਦਾ ਕੀ ਹੈ? ਆਪਾਂ ਸਤਿਗੁਰੂ ਜੀ ਦੇ ਸਿੱਖ ਹਾਂ, ਸਤਿਗੁਰੂ ਜੀ ਦੇ ਬੱਚੇ ਹਾਂ, ਸਤਿਗੁਰੂ ਗਰੀਬ ਨਿਵਾਸ ਜੀ ਦੇ ਸਿੱਖ ਹਾਂ। ਆਪਾਂ ਸਤਿਗੁਰੂ ਗਰੀਬ ਨਿਵਾਸ ਜੀ ਦੀ ਮਰਜ਼ਾਦਾ ਵੇਖਣੀ ਹੈ। ਜਿਹੜਾ ਸਤਿਗੁਰੂ ਜੀ ਦੀ ਮਰਜ਼ਾਦਾ ਰੱਖਦਾ ਹੈ, ਹਜ਼ੂਰ ਗਰੀਬ ਨਿਵਾਸ ਉਹਦੇ 'ਤੇ ਮਿਹਰਾਂ ਭਰਿਆ ਹੱਥ ਰੱਖਦੇ ਹੈ, ਉਹਦੇ 'ਤੇ ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੈ। ਨਾ ਆਪਾਂ ਸਤਿਗੁਰੂ ਜੀ ਦਾ ਬਚਨ ਮੰਨੀਏ, ਨਾ ਆਪਾਂ ਕਹੀਏ ਗੁਰੂ ਕੀ ਮਰਜ਼ਾਦਾ ਨੂੰ ਮੰਨਣਾ, ਸਾਧ ਸੰਗਤ ਜੀ ਫਿਰ ਐਵੇਂ ਕਿਵੇਂ ਕਿਰਪਾ ਹੋਏਗੀ? ਹਜ਼ੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਕਵੀ ਬੜੇ ਸੋਹਣੇ ਸੋਹਣੇ ਬੜੇ ਕੀਮਤੀ ਬਚਨ ਮਹਾਰਾਜ ਦੇ ਚਰਿੱਤਰ ਵਿੱਚੋਂ ਦੱਸ ਰਹੇ ਹੈ। ਇਹਦੇ ਤੋਂ ਅੱਗੇ ਆਪਾਂ ਬੜੇ ਪਿਆਰ ਦੇ ਨਾਲ ਕੱਲ੍ਹ ਨੂੰ ਸਰਵਣ ਕਰਾਂਗੇ। ਪ੍ਰੇਮ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜਪ, ਵਾਹਿਗੁਰੂ ਜਪ, ਵਾਹਿਗੁਰੂ ਵਾਹਿਗੁਰੂ ਜਪ, ਵਾਹਿਗੁਰੂ ਵਾਹਿਗੁਰੂ ਜਪ, 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 ਵਾਹਿਗੁਰੂ ਵਾਹਿਗੁਰੂ ਜਪ, ਵਾਹਿਗੁਰੂ ਵਾਹਿਗੁਰੂ ਜਪ, ਵਾਹਿਗੁਰੂ 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 ਜਪ, ਵਾਹਿਗੁਰੂ ਵਾਹਿਗੁਰੂ ਜਪ, ਵਾਹਿਗੁਰੂ ਵਾਹਿਗੁਰੂ ਜਪ, ਵਾਹਿਗੁਰੂ
ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।